ਉਹ ਆਇਆ ਉਹਨੇ ਗੱਡੀ ਕਿਵੇਂ ਖੋਲੀ? ਗੱਡੀ ਖੁੱਲੀ ਨਹੀਂ, ਸਾਈਡ ਤੇ ਅੱਗ ਲਾਈ ਆ ਬਸ ਟਾਇਰਾਂ ਦੇ ਉੱਤੇ ਹਨਾ। ਕਿੱਥੇ ਆਏ? ਕਿੱਥੇ ਗਿਆ ਭਾਬੀ? ਅਭੀ ਆ ਕੇ ਲਗਾ ਰਹਾ ਗੱਡੀ ਦੇ। ਹਾਂ ਗੱਡੀ ਦੇ ਉੱਲੇ ਆ। ਉਹ ਦੇਖੋ ਦੂਹਾ ਨਿਕਲਣ ਲੱਗਾ। ਕਿਸੇ ਨੇ ਤਾਂ ਪਲਾਨ ਕੀਤਾ ਹੋਣਾ ਨਾ ਵੀ ਗੱਡੀ ਨੂੰ ਅੱਗ ਲਾ ਕੇ ਆਓ। ਹਾਂ ਕੈਪਰੀ ਪਾਈ ਹੋਈ ਆ, ਉਹ ਦੇਖ ਅੱਗ ਲੱਗ ਗਈ ਨੀਚੇ। ਦੱਸ ਦੇ ਕਿ ਧੀ ਦੀ ਸਟੱਡੀ ਵੀਜ਼ਾ 'ਚ ਫਾਈਲ ਨਾ ਲੱਗਣ 'ਤੇ ਇਸ ਪਿਤਾ ਦੇ ਵੱਲੋਂ ਗੁੱਸੇ ਦੇ ਵਿੱਚ ਆ ਕੇ ਇਮੀਗ੍ਰੇਸ਼ਨ ਵਾਲੀ ਲੜਕੀ ਦੀ ਗੱਡੀ ਨੂੰ ਅੱਗ ਲਗਵਾ ਦਿੱਤੀ ਜਾਂਦੀ ਹੈ। ਤਾਂ ਦੱਸ ਦੇ ਕਿ ਇਸ ਦੇ ਵੱਲੋਂ 5,000 ਦੇ ਵਿੱਚ 2 ਬੰਦੇ ਹਾਇਰ ਕੀਤੇ ਜਾਂਦੇ ਨੇ ਅਤੇ ਸਵੇਰੇ 4 ਵਜੇ ਦੇ ਕਰੀਬ ਇਹ 2 ਸ਼ਖਸ ਆਉਂਦੇ ਨੇ ਅਤੇ ਗੱਡੀ ਨੂੰ ਅੱਗ ਲਗਾ ਦਿੰਦੇ ਨੇ, ਤਾਂ CCTV ਕੈਮਰੇ ਦੇ ਵਿੱਚ ਇਹ ਕੈਦ ਹੋ ਜਾਂਦੇ ਨੇ। ਤਾਂ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਅੱਗ ਲਗਾਉਂਦੇ ਇਹ ਕੈਦ ਹੋ ਜਾਂਦੇ ਨੇ। ਤਾਂ ਜਦ ਅੱਗ ਕਾਫੀ ਫੈਲ ਜਾਂਦੀ ਹੈ ਤਾਂ ਇਸ ਦੀ ਖਬਰ ਫਿਰ ਪਰਿਵਾਰ ਨੂੰ ਲੱਗਦੀ ਹੈ, ਤਾਂ ਮੌਕੇ 'ਤੇ ਉਹ ਪਹੁੰਚਦੇ ਨੇ ਅਤੇ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਪਰਿਵਾਰ ਦੇ ਵੱਲੋਂ ਤੁਰੰਤ ਦਮਕਲ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ। ਤਾਂ ਪੁਲਿਸ ਦੇ ਵੱਲੋਂ ਰਾਤੋ ਰਾਤ ਹੀ ਇਸ ਕੇਸ ਨੂੰ ਸੋਲਵ ਕਰ ਦਿੱਤਾ ਗਿਆ, ਤਾਂ ਦੋਨੋਂ ਅੱਗ ਲਗਾਉਣ ਵਾਲਿਆਂ ਨੂੰ ਕਾਬੂ ਕਰ ਲਿਆ ਗਿਆ। ਤਾਂ ਜਦ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਨੇ ਸਾਰਾ ਸੱਚ ਦੱਸ ਦਿੱਤਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਤਾਂ ਦੱਸਦੇ ਕਿ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਇਮੀਗ੍ਰੇਸ਼ਨ ਵਾਲੀ ਲੜਕੀ ਦੀ ਕਾਰ ਨੂੰ ਅੱਗ ਲਗਾਈ ਗਈ ਹੈ। ਤਾਂ ਉਹਨਾਂ ਦੱਸਿਆ ਕਿ ਰਾਤ ਨੂੰ ਇਹ 2 ਸ਼ਖਸ ਆਉਂਦੇ ਨੇ ਅਤੇ ਇਹਨਾਂ ਦੀ ਗੱਡੀ ਨੂੰ ਅੱਗ ਲਗਾ ਦਿੰਦੇ ਨੇ। ਦੱਸਦੇ ਕਿ ਇਸ ਨੂੰ ਇੱਕ ਸ਼ਖਸ ਦੇ ਵੱਲੋਂ ਹਾਇਰ ਕੀਤਾ ਗਿਆ ਸੀ ਜਿਸਦੀ ਕਿ ਧੀ ਦੀ ਫਾਈਲ ਸਟੱਡੀ ਵੀਜ਼ਾ 'ਚ ਨਹੀਂ ਲੱਗੀ ਸੀ, ਤਾਂ ਗੁੱਸੇ ਦੇ ਵਿੱਚ ਆ ਕੇ ਉਸਦੇ ਵੱਲੋਂ ਇਸਦੀ ਗੱਡੀ ਨੂੰ ਅੱਗ ਲਗਾ ਦਿੱਤੀ ਗਈ। ਤਾਂ ਪੁਲਿਸ ਦੇ ਵੱਲੋਂ ਇਸ ਸ਼ਖਸ ਨੂੰ ਵੀ ਕਾਬੂ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੱਡੀ ਨਾਲ ਆਪਣਾ ਨਾ ਕਿਸੇ ਨਾਲ ਮਾੜਾ ਮੋਟਾ ਸੀਗਾ, ਲਾਗ ਡਾਟ ਸੀਗੀ ਮਾੜੀ ਮੋਟੀ, ਸਾਨੂੰ ਤਾਂ ਉਹਦੇ ਬਾਰੇ ਖਿਆਲ ਚੇਤਾ ਵੀ ਨਹੀਂ ਸੀਗਾ ਵੀ ਉਹ ਇਹੋ ਜਿਹਾ ਕੰਮ ਕਰ ਸਕਦਾ। ਉਹ ਰਾਤ ਨੂੰ ਉਹਨੇ ਬੰਦੇ ਭੇਜੇ ਨੇ, ਦੋ ਬੰਦੇ ਭੇਜੇ ਨੇ ਰਾਤ ਨੂੰ ਤੁਰ ਕੇ ਆਏ ਨੇ ਮਲੋਹ ਰੋਡ ਤੋਂ, ਉਹਨਾਂ ਨੇ ਤੇਲ ਤੂਲ ਜਿੱਥੋਂ ਤੇਲ ਲਿੱਤਾ ਪੈਟਰੋਲ ਵਾਲੇ ਨੇ, ਪੈਟਰੋਲ ਵੀ ਦੱਸਦਾ ਇੱਥੋਂ ਪੈਟਰੋਲ ਲੈ ਗਏ ਨੇ ਰਾਤ ਨੂੰ 1 ਵਜੇ ਮਲੋਹ ਰੋਡ ਤੋਂ ਚੱਲੇ ਨੇ, ਤੁਰ ਕੇ ਇੱਥੇ ਤੱਕ ਆਏ ਨੇ। ਜਿਹੜੀ ਪੁਲਿਸ ਨੇ ਸਾਰੀ ਕਾਰਵਾਈ ਕੀਤੀ ਆ, ਉਹਨੇ ਪੁਲਿਸ ਨੇ ਰਾਤੋਂ ਰਾਤ ਬੰਦੇ ਫੜ ਲਏ ਨੇ। ਅੱਛਾ, ਗੱਡੀ ਕਿੰਨੀ ਕੁ ਪੁਰਾਣੀ ਹੈ? ਗੱਡੀ ਸਾਲ ਹੋਇਆ ਜੀ ਲਿੱਤੀ ਨੂੰ ਅਜੇ। ਕਿਹੜੀ ਗੱਡੀ ਕਿਹੜੀ ਹੈ? ਕਰੇਟਾ ਜੀ, ਕਰੇਟਾ ਟੌਪ ਮਾਡਲ ਆਈ। ਅੱਛਾ, ਕੁਝ ਤੁਹਾਡੇ ਬਾਹਰ ਜਿਹੜੇ ਕੈਮਰੇ ਲੱਗੇ ਨੇ ਉਹਦੇ ਵਿੱਚ ਆਇਆ? ਹਾਂਜੀ ਹਾਂਜੀ, ਜਿਹੜਾ ਸਾਡਾ ਉਹ ਕੈਮਰਾ ਇੱਕ ਨਾ ਗੁਪਤਗੂ ਲੱਗਿਆ ਹੋਇਆ, ਕਿਸੇ ਨੂੰ ਪਤਾ ਨਹੀਂ ਗਾ, ਜਿਹੜੇ ਸਾਹਮਣੇ ਲੱਗੇ ਨੇ ਉਹ ਤਾਂ ਕਿਸੇ ਨੂੰ ਸਾਡੇ ਇੱਕ ਜਿਹੜਾ ਗੁਪਤਗੂ ਕੈਮਰਾ ਲਾਇਆ ਹੋਇਆ ਉਹਦੇ ਵਿੱਚ ਸਾਰੀ ਖਬਰ ਆ ਗਈ ਉਹਦੇ ਵਿੱਚ, ਉਹਦੇ ਤੋਂ ਹੀ ਫੜਿਆ ਗਿਆ ਬਸ। ਕਿੰਨੇ ਕੁ ਵਜੇ ਦੀ ਗੱਲ ਹੈ ਤਕਰੀਬਨ? ਇਹ ਰਾਤ ਨੂੰ ਹੈਗੀ 3:28 ਦੀ, 30 ਮਿੰਟ, 28, ਸਾਢੇ 3 ਵਜੇ ਸਵੇਰੇ, ਸੋਮਵਾਰ ਸਵੇਰੇ 3:30 ਵਜੇ। ਅੱਛਾ, ਪੂਰੀ ਅੱਗ ਲੱਗੀ ਹੋਈ ਸੀ ਉਸ ਟਾਈਮ ਤੇ? ਜਿਹੜੀ ਪਟਾਕਾ ਪਿਆ ਤਾਂ ਫਿਰ ਸਾਰੀ ਸਵੇਰੇ ਬੱਚਾ ਉੱਠ ਖੜਿਆ, ਉਹਨੂੰ ਸਮੈਲ ਗਈ ਆ ਗੱਡੀ ਅੰਦਰ, ਧੂੰਆਂ ਗਿਆ, ਤਾਂ ਫਿਰ ਸਾਨੂੰ ਹੋ ਗਿਆ ਬੇਟਾ ਰਾਤ ਨੂੰ ਉੱਠਿਆ ਪਿਓ, ਕਹਿੰਦਾ ਪਾਪਾ ਰਾਤ ਨੂੰ ਧੂੰਆਂ ਬਹੁਤ ਆ ਰਿਹਾ ਵੀ ਸਵੇਰੇ ਸਵੇਰੇ ਦੇਖੋ ਗੱਡੀ ਨੂੰ, ਮੈਨੂੰ ਲੱਗਦਾ ਵੀ ਕੋਈ ਪ੍ਰੋਬਲਮ ਹੋ ਗਈ। ਮੈਂ ਕਿਹਾ ਯਾਰ ਗੱਡੀ ਕਿਤੇ ਸਟਾਰਟ ਰਹਿ ਗਈ ਹੋਣੀ ਆ, ਵੀ ਰਾਤ ਨੂੰ ਕਿਤੇ ਗਰਮ ਹੋ ਗਈ ਗੱਡੀ, ਉਹਨੂੰ ਅੱਗ ਲੱਗ ਗਈ ਹੋਣੀ ਆ। ਬਸ ਇਹਦੇ ਨਾਲ ਅਸੀਂ ਬਾਹਰ ਨਿਕਲਿਆ ਤਾਂ ਦੇਖਿਆ ਵੀ ਢੱਕਣ ਖੁੱਲ੍ਹਾ ਪਿਆ ਸੀਗਾ, ਤਾਂ ਗੱਡੀ ਦੇ ਉੱਤੇ ਕਾਫੀ ਭਾਂਬੜ ਮੱਚ ਰਿਹਾ ਸੀ ਗੱਡੀ ਦਾ। ਅੱਛਾ, ਤਾਂ ਫਿਰ ਮੈਨੂੰ ਇਹ ਸੀ ਵੀ ਯਾਰ ਤੇਲ ਜਾਂ ਟੈਂਕੀ ਨਹੀਂ ਖੁੱਲ੍ਹ ਸਕਦੀ ਇਹ, ਵੀ ਕਿਸੇ ਨੇ ਸ਼ਰਾਰਤ ਕੀਤੀ ਆ ਇਹ, ਕਿਉਂਕਿ ਪਿਛਲੇ ਪਾਸੇ ਦਾ ਇੰਜਣ ਹੈ ਨਹੀਂ, ਇੰਜਣ ਤਾਂ ਅੱਗੇ ਹੀ ਆ, ਉਹ ਅੱਗਿਓਂ ਫਿਰ ਅੱਗ ਤਾਂ ਪਿੱਛੇ ਲਾਉਣ ਦਾ, ਉਹ ਕਿਸੇ ਜਦ ਕੈਮਰੇ ਚੈੱਕ ਕੀਤੇ ਨੇ ਤਾਂ ਪਿੱਛੇ ਉਹ ਬੰਦਾ ਇੱਥੇ ਬੈਠਾ ਸੀਗਾ, ਉਹਨੇ ਇੱਥੇ ਆ ਕੇ ਸਾਰਾ ਕੁਝ ਕੀਤਾ, ਉਹ ਬੰਦਾ ਟਰੇਸ ਹੋ ਗਿਆ ਉਹਦੇ ਵਿੱਚ। ਫਿਰ ਅਸੀਂ ਫੈਵਰੇਟ ਬੁਲਾਈ ਆ ਰਾਤ ਨੂੰ, ਇਹ ਫੈਵਰੇਟ ਆਈ ਆ, ਫਿਰ ਫੈਵਰੇਟ ਨੇ ਵੀ ਬਹੁਤ ਸਾਡਾ ਸਾਥ ਦਿੱਤਾ ਰਾਤ ਨੂੰ, ਇਹ
ਤਿੰਨ 40-45 ਤੇ ਫੈਵਰੇਟ ਵੀ ਆ ਗਈ ਆ, ਅਤੇ ਫਿਰ ਐਸ ਐਸ ਪੀ ਸਾਹਿਬ ਨੂੰ ਫੋਨ ਕੀਤਾ, ਡੀ ਐਸ ਪੀ ਸਾਹਿਬ ਨੂੰ ਫੋਨ ਕੀਤਾ, ਉਹ ਰਾਤ ਨੂੰ ਇਹ ਆ ਗਏ ਸੀ ਸਾਰੇ। ਫਿਰ ਰਾਤ ਨੂੰ ਸਵੇਰੇ 4:30-4 ਵਜੇ 4:15-4 ਵਜੇ ਉਰੇ ਸੀਗੇ ਸਾਰੇ। ਸਾਰਿਆਂ ਨੇ ਸਾਡਾ ਬਹੁਤ ਸਹਿਯੋਗ ਦਿੱਤਾ, ਉਸ ਸਹਿਯੋਗ ਨਾਲ ਅਸੀਂ ਬਹੁਤ ਤਹਿ ਦਿਲ ਉਹਨਾਂ ਦਾ ਧੰਨਵਾਦ ਕਰਦੇ ਹਾਂ। ਰਾਤ ਕੱਲ੍ਹ ਹੀ ਉਹਨਾਂ ਨੇ ਕਿਹਾ ਤੁਸੀਂ ਵੀ ਮੀਡੀਆ ਨੂੰ ਦੱਸਣਾ ਵੀ ਸਾਰਾ ਕੁਛ ਅਸੀਂ ਆਪੇ ਕਰ ਲਾਂਗੇ। ਉਹਨਾਂ ਨੇ ਕੱਲ੍ਹ ਹੀ ਬੰਦੇ ਫੜ ਲਏ ਨੇ, ਕੱਲ੍ਹ ਉਹਨਾਂ ਨੇ ਸ਼ਾਮ ਦੇ 4:00-4:30 ਵਜੇ 4:30 ਵਜੇ ਬੰਦੇ ਸਾਰੇ ਟਰੇਸ ਕਰ ਲਏ ਸੀਗੇ। ਜਿਹੜੇ ਪਹਿਲਾਂ ਬੰਦੇ 2 ਕਰਕੇ ਗਏ ਨੇ ਉਹ 5-5 ਹਜ਼ਾਰ ਰੁਪਏ 'ਚ ਹਾਇਰ ਕੀਤੇ ਹੋਏ ਸੀਗੇ। ਉਹਨਾਂ ਨੇ ਹਾਇਰ ਕਰਕੇ ਉਹਨਾਂ ਤੋਂ ਬੰਦਿਆਂ ਤੋਂ ਅੱਗ ਲਵਾਈ, ਅਤੇ ਅੱਗ ਲਵਾ ਕੇ ਉਹ ਪਹਿਲਾਂ ਰਿੱਕੀ ਕਰਕੇ ਗਏ ਨੇ 2-3 ਦਿਨ ਉਰੇ, ਉਹ ਫਿਰ ਉਹਨਾਂ ਨੂੰ ਅੱਗ ਲਵਾਈ ਆ ਉਹਨਾਂ ਤੋਂ। ਉਹ ਰਾਤ ਨੂੰ ਅਬਲੋਰ ਰੋਡ ਤੋਂ ਚੱਲ ਕੇ ਉਰੇ ਆਏ ਨੇ, ਉਹਨਾਂ ਤੋਂ ਅੱਗ ਲਵਾਈ ਆ, ਅਤੇ ਫਿਰ ਜਦ ਉਹ ਬੰਦਿਆਂ ਦੇ 2-4 ਥੱਪੜ ਮਾਰੇ ਨੇ ਉਹਨਾਂ ਨੇ, ਉਹਨਾਂ ਨੇ ਫਿਰ ਉਹ ਬੰਦਿਆਂ ਨਾਮ ਲੈਤਾ, ਉਹ ਬੰਦੇ ਫਿਰ ਉਹ ਵੀ ਉਹਨਾਂ ਨੇ ਪੁਲਿਸ ਨੇ ਉਹ ਵੀ ਅਰੈਸਟ ਕਰ ਬਾਹਰ 1.5 ਸਾਲ ਹੋ ਗਏ ਇੱਤੀ ਕਰਦੀ ਜੀ, ਸਾਲ ਹੋ ਗਿਆ ਲਿੱਤੀ ਗੱਡੀ ਨੂੰ। ਸਾਲ ਤੋਂ ਪਹਿਲਾਂ ਜੀ ਸਾਡੀ ਨੋਵਾ ਸੀ ਮੇਰੇ ਕੋਲ, ਨੋਵਾ ਸੀ ਇੰਡੀਕਾ ਸੀਗੀ, ਉਹ ਇੱਥੇ ਰਾਤ ਨੂੰ ਬਾਹਰੇ ਖੜਦੀਆਂ ਸੀਗੀਆਂ, ਕਦੇ ਇੱਦਾਂ ਦੀ ਕੋਈ ਗੱਲੇ ਨਹੀਂ ਹੋਈ, ਕਦੇ ਪੈਂਚਰ ਵੀ ਨਹੀਂ ਹੋਇਆ ਗੱਡੀ ਨੂੰ, ਅਤੇ ਇਹ ਤਾਂ ਜਾਣੀ ਕਿ ਜਾਣ ਬੁੱਝ ਕੇ ਕੀਤੀ ਕਰਾਈ ਸ਼ਰਾਰਤ ਸੀਗੀ ਜੀ। ਇੱਕ ਗੱਲ, ਰਣਜੀਤ ਸਿੰਘ ਸਨ ਆਫ ਗੁਰਦਿਆਲ ਸਿੰਘ ਹੈ, ਨੀਅਰ ਕਿਸਾਨ ਇਨਕਲੇਵ, ਵਾਰਡ ਨੰਬਰ 27 ਖੰਡੇ ਨੇ, ਅੱਗੇ ਕੰਪਲੇਂਟ ਲਿਖਾਈ ਸੀ ਵੀ ਮੇਰੀ ਕਰੇਟਾ ਕਾਰ ਹੈਗੀ ਹੈ PB 26-25-38 ਵਾਈਟ ਕਲਰ ਦੀ, ਵੀ ਉਹਨੂੰ ਅਨਨੋਨ ਬੰਦਿਆਂ ਨੇ ਅੱਗ ਲਾ ਦਿੱਤੀ ਸੀਗੀ, ਅੱਗ ਲਾ ਕੇ ਜਿਹੜੀ ਕਾਰ ਹੈ ਟੋਟਲੀ ਨਸ਼ਟ ਕਰਤੀ ਸੀ। ਉਸ ਸੰਬੰਧੀ ਅਸੀਂ FIR ਨੰਬਰ 97 ਅੰਡਰ ਸੈਕਸ਼ਨ 436-427-120 'ਤੇ ਦਰਜ ਕੀਤੀ ਹੈ। ਉਸ ਤੋਂ ਬਾਅਦ SHO City 2 ਵੱਲੋਂ ਇਹਨਾਂ ਦੇ ਸਾਰੇ CCTV ਫੁਟੇਜ ਦੱਸੀ, ਇਹਦੀ ਟੀਮ ਦੇ ਨਾਲ ਮਦਦ ਲੈ ਕੇ ਕਰੀਬਨ 10 ਕਿਲੋਮੀਟਰ ਦੇ CC ਫੁਟੇਜ ਕੈਮਰਿਆਂ ਦੀ ਨਾਲ ਲੱਭੇ ਨੇ। ਉਸ ਤੋਂ ਬਾਅਦ ਇਹਨਾਂ ਕੋਲ ਇਨਫੋਰਮੇਸ਼ਨ ਆ ਗਈ ਕਿ ਇਹ ਕੰਮ ਜਿਹੜਾ ਹੈਗਾ ਬੇਅੰਤ ਸਿੰਘ ਸਨ ਆਫ ਮੰਗਲ ਸਿੰਘ ਆ ਕਲਾਹੇ ਦਾ, ਉਹਨੇ ਆਪ ਹੋ ਕੇ ਅਤੇ 2 ਬੰਦੇ ਹੋਰ ਨਾਲ ਲੈ ਕੇ ਇਹਨੂੰ ਕਾਰ ਨੂੰ ਅੱਗ ਲਾ ਕੇ ਅੰਜਾਮ ਦਿੱਤਾ ਸੀਗਾ। ਇਹ ਕਹਿੰਦਾ ਵੀ ਮੈਂ ਜਿਹੜੀ ਮਨਪ੍ਰੀਤ ਕੌਰ ਹੈ ਉਹਦੇ ਕੋਲ ਆਪਣਾ ਬੇਟੀ ਦੇ ਡਾਕੂਮੈਂਟ ਲਾਏ ਸੀਗੇ ਬਾਹਰ ਭੇਜਣ ਵਾਸਤੇ, ਵੀ ਉਹ ਬਾਹਰ ਨਹੀਂ ਜਾ ਸਕੀ, ਇਸ ਕਰਕੇ ਗੁੱਸੇ 'ਚ ਆ ਕੇ ਉਹਨੇ ਇਹਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੇ ਬਾਰੇ ਕਾਰ ਨੂੰ ਅੱਗ ਲਾ ਦਿੱਤੀ। ਅੱਗੇ ਜਿਹੜਾ ਹੈਗਾ ਇਹਨੂੰ ਮੁਕੱਦਮੇ 'ਚ ਅਰੈਸਟ ਕੀਤਾ ਹੈਗਾ, ਅਤੇ ਜਿਹੜੇ 2 ਦੂਜੇ ਹੋਰ ਹੈ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰਕੇ ਅਦਾਲਤ 'ਚ ਪੇਸ਼ ਕਰਾਂਗੇ।